ਬਠਿੰਡਾ ਦੀ ਐਮਏ ਅੰਗਰੇਜ਼ੀ ਪਾਸ ਲੜਕੀ ਸੰਗਰੂਰ ਦੇ ਪਿੰਡ ਬੇਨੜਾ ਦੇ ਲੜਕੇ ਦੇ ਨਾਲ ਵਿਆਹ ਕਰਵਾ ਕੇ ਸਹੁਰੇ ਪਰਿਵਾਰ ਦੇ 19.5 ਲੱਖ ਰੁਪਏ ਦਾ ਖਰਚਾ ਕਰਵਾ ਕੇ ਕੈਨੇਡਾ ਰਫੂ ਚੱਕਰ ਹੋ ਗਈ ਹੈ। ਦੋਸ਼ ਹੈ ਕਿ ਲੜਕੀ ਨੇ ਕੈਨੇਡਾ ਪਹੁੰਚ ਕੇ ਪਤੀ ਨੂੰ ਵੀ ਬੁਲਾਉਣ ਦਾ ਭਰੋਸਾ ਦਿੱਤਾ ਸੀ। ਪਿੰਡ ਬੇਨੜਾ ਦੇ ਰਹਿਣ ਵਾਲੇ ਅਵਤਾਰ ਸਿੰਘ ਨੇ ਦੱਸਿਆ ਉਸਦੇ ਬੇਟੇ ਅਮਨਦੀਪ ਸਿੰਘ ਨੇ ਬੀਏ ਦੀ ਪੜ੍ਹਾਈ ਕੀਤੀ ਹੈ। ਉਸਦੀ ਜ਼ਮੀਨ ਜਾਇਦਾਦ ਨੂੰ ਦੇਖ ਕੇ ਬਠਿੰਡਾ ਦੇ ਹੀ ਇੱਕ ਪਰਿਵਾਰ ਨੇ ਉਸਦੇ ਬੇਟੇ ਦੇ ਨਾਲ ਵਿਆਹ ਲਈ ਸੰਪਰਕ ਕੀਤਾ। ਲੜਕੀ ਨੇ ਐਮਏ ਅੰਗਰੇਜ਼ੀ ਕੀਤੀ ਹੋਈ ਸੀ ਜਿਸ ਕਾਰਨ ਅਸੀਂ ਰਿਸ਼ਤਾ ਸਵੀਕਾਰ ਕਰ ਲਿਆ। 6 ਮਹੀਨੇ ਤੱਕ ਪਤੀ ਲੜਕੀ ਦੇ ਕੋਲ ਕੈਨੇਡਾ ਵਿੱਚ ਰਿਹਾ ਪਰ ਬਾਅਦ ਵਿੱਚ ਪਤੀ ਦਾ ਵੀਜ਼ਾ ਵਧਾਉਣ ਦੇ ਲਈ ਪਤਨੀ ਨੇ 32 ਲੱਖ ਰੁਪਏ ਦੀ ਮੰਗ ਕੀਤੀ। ਪੈਸੇ ਨਾ ਦੇਣ 'ਤੇ ਪਤੀ ਨੂੰ ਭਾਰਤ ਵਾਪਸ ਆਉਣਾ ਪਿਆ। ਉਸ ਤੋਂ ਬਾਅਦ ਲੜਕੀ ਨੇ ਨਾ ਸਿਰਫ ਆਪਣੇ ਪਤੀ ਨਾਲ ਸੰਪਰਕ ਤੋੜ ਦਿੱਤਾ ਬਲਕਿ ਕੈਨੇਡਾ ਦੇ ਹੀ ਕਿਸੇ ਹੋਰ ਲੜਕੇ ਦੇ ਨਾਲ ਆਪਣੇ ਸੰਬੰਧ ਬਣਾ ਲਏ। ਬਾਈ, ਮੇਰਾ ਨਾਮ ਅਮਨਦੀਪ ਸਿੰਘ ਹੈ। ਬਾਈ, ਮੇਰਾ ਵਿਆਹ 5 ਫਰਵਰੀ 2016 ਨੂੰ ਰਤਨਜੋਤ ਕੌਰ ਨਾਲ ਬਠਿੰਡੇ ਵਿਖੇ ਹੋਇਆ ਸੀ। ਉਸ ਤੋਂ ਬਾਅਦ ਦੋ ਤਿੰਨ ਮਹੀਨਿਆਂ ਬਾਅਦ ਉਸਨੇ ਬਾਹਰ ਜਾਣ ਲਈ ਆਲਸ ਕਰਨ ਲਈ ਕਿਹਾ ਵੀ ਮੈਂ ਕਿਉਂ ਨਾ ਆਪਾਂ ਆਲਸ ਕਰ ਲਾਂ, ਮੈਂ ਆਪਾਂ ਬਾਹਰ ਚੱਲ ਜਾਂਗੇ। ਅਸੀਂ ਉਹਨੂੰ ਇਹ ਵੀ ਕਿਹਾ ਵੀ ਆਪਣੀ ਅਮੈਰੀਕਾ ਦੀ ਫਾਈਲ ਲੱਗੀ ਵੀ ਆ, ਮੇਰੇ ਹੋਮ ਡੈਡ ਅਮੈਰੀਕਾ 'ਚ ਨੇ, ਵੀ ਆਪਾਂ ਨੂੰ ਕੈਨੇਡਾ ਦੀ ਕੀ ਲੋੜ ਆ। ਉਹਨੇ ਕੁਛ ਮੀਨਜ਼ ਅਸੀਂ ਮੰਨ ਗਏ ਵੀ ਉਹਨੂੰ ਆਇਲਸ ਕਰਾਉਣ ਲਈ ਰਾਜ਼ੀ ਹੋ ਗਏ। ਫਿਰ ਉਹਨੇ 7 ਬੈਂਡ ਲੈ ਲਿਆ ਆਇਲਸ 'ਚੋਂ। ਫਿਰ ਉਹਨਾਂ ਦਾ ਵੀਜ਼ਾ ਆ ਗਿਆ 26 ਦਸੰਬਰ 2016 ਨੂੰ ਵੀਜ਼ਾ ਆ ਗਿਆ ਸੀ। ਟੋਟਲ ਵੀ ਆਇਲਸ ਮੈਂ ਕਰਾਈ, ਟੋਟਲ ਏ ਟੂ ਜੈਡ ਖਰਚਾ ਵੀ ਸਮੈਸਟਰ ਫੀਸ ਜੀ ਆਈ ਸੀ ਵਗੈਰਾ ਸਭ ਕੁਛ ਮੈਂ ਕਰਿਆ। ਅਤੇ ਉਸ ਤੋਂ ਬਾਅਦ ਜਦੋਂ ਮੈਂ 2018 ਮਈ 2018 'ਚ ਮੈਂ ਬਾਹਰ ਚਲਾ ਗਿਆ ਅਤੇ ਉੱਥੇ ਜਾ ਕੇ ਮੈਨੂੰ ਉਹਦਾ ਰਿਲੇਸ਼ਨ ਬਾਰੇ ਉਹ ਪਤਾ ਲੱਗਿਆ ਵੀ ਅਫੇਅਰ, ਹੋਰ ਮੁੰਡੇ ਨਾਲ ਅਫੇਅਰ ਹੈ। ਵੀ ਸਟੱਡੀ ਟਾਈਮ ਤੋਂ ਉੱਥੋਂ ਮੈਨੂੰ ਉਹਦੀਆਂ ਫਰੈਂਡਸ ਤੋਂ ਪਤਾ ਲੱਗਿਆ ਸੀ ਵੀ ਸਟੱਡੀ ਟਾਈਮ ਹਿਰਦੇਜੀਤ ਸਿੰਘ ਮੁੰਡੇ ਨਾਲ ਅਫੇਅਰਸ। ਅਤੇ ਉਸ ਤੋਂ ਬਾਅਦ ਉਹਦੇ ਨਾਲ ਬ੍ਰੇਕਅਪ ਹੋਣ ਤੋਂ ਬਾਅਦ ਵੀ ਜਦੋਂ ਉਸ ਤੋਂ ਬਾਅਦ ਹਿਰਦੇਜੀ ਕੁਵਰਦੀਪ ਸਿੰਘ ਸਿੱਧੂ ਨਾਲ ਅਫੇਅਰ ਹੈ ਅਤੇ ਉੱਥੇ ਜਾ ਕੇ ਮੇਰੇ ਨਾਲ ਚੰਗਾ ਬਿਹੇਵ ਨਹੀਂ ਕਰਿਆ ਬਿਲਕੁਲ ਵੀ, ਅਤੇ ਮੈਨੂੰ ਬਹੁਤ ਤੰਗ ਪਰੇਸ਼ਾਨ ਵੀ ਕੀਤਾ। ਮੈਂ 13 ਮਈ 2018 ਨੂੰ ਗਿਆ ਸੀ ਜੀ, ਅਤੇ 18 ਮਈ ਨੂੰ ਮੈਨੂੰ ਰਾਤ ਨੂੰ ਸੁੱਤੇ ਪਏ ਦਾ ਮੇਰਾ ਗਲਾ ਘੁੱਟਣ ਦੀ ਕੋਸ਼ਿਸ਼ ਵੀ ਕੀਤੀ ਆ। 11 ਅਗਸਤ 2018 'ਚ ਸਾਡੇ ਲੈਂਡਲੋਰਡ ਦੇ ਬੇਟੇ ਦੀ ਬਰਥਡੇ ਪਾਰਟੀ ਸੀ ਜੀ, ਉਹ ਬਰਥਡੇ ਪਾਰਟੀ ਸੀ ਅਤੇ ਮੈਂ ਸਟੇਅਰਸ 'ਚ ਪੌੜੀਆਂ ਦੇ ਉੱਪਰ ਰੇਲਿੰਗ 'ਤੇ ਖੜ੍ਹਾ ਕਾਲ ਕਰ ਰਿਹਾ ਸੀ ਮੇਰੀ ਦੀਦੀ ਨੂੰ। ਉਦੋਂ ਮੈਨੂੰ ਰੂਮ 'ਚੋਂ ਆ ਕੇ ਮੈਨੂੰ ਰੇਲਿੰਗ ਤੋਂ ਧੱਕਾ ਵੀ ਮਾਰਿਆ ਪੌੜੀਆਂ ਤੋਂ, ਮੈਂ ਥੱਲੇ ਗਿਰਿਆ। ਅਤੇ ਉਦੋਂ ਸਾਰਾ ਦੀਦੀ ਉਹਨਾਂ ਜਿੰਨਾ ਕੁ ਲੈਂਡਲੋਰਡ ਤੇ ਉਹਨਾਂ ਦੇ ਸਾਹਮਣੇ ਉਹਨਾਂ ਦੀ ਬਰਥਡੇ ਪਾਰਟੀ ਵਾਲੇ ਦਿਨੇ ਹੋਇਆ। ਅਤੇ ਉਸ ਤੋਂ ਬਾਅਦ ਆਪ ਹੀ ਇੰਡੀਆ ਆ ਕੇ ਗਈਆ 2 ਵਾਰ, ਮੇਰੇ ਉੱਥੇ ਹੁੰਦੇ ਮੈਨੂੰ ਬਿਲਕੁਲ ਵੀ ਨਹੀਂ ਦੱਸਿਆ। ਅਤੇ ਇੰਡੀਆ ਆ ਕੇ ਜਦੋਂ ਚਲੀ ਗਈ ਫਿਰ ਮੇਰੇ ਵਾਲਾ ਵੀ ਨਹੀਂ ਆਈ, ਮੈਨੂੰ ਸਿਰਫ ਫੋਨ 'ਤੇ ਨੋ ਕਲਰ ਆਈ ਡੀ ਨੰਬਰ ਤੋਂ ਜਿਹੜੇ ਮੁੰਡੇ ਨਾਲ ਉਹਦਾ ਅਫੇਅਰ ਸੀ ਕੁਵਰਦੀਪ ਸਿੰਘ ਸਿੱਧੂ ਨਾਲ, ਉਹ ਤੋਂ ਨੋ ਕਲਰ ਆਈ ਡੀ ਨੰਬਰ ਤੋਂ ਮੈਨੂੰ ਕਾਲ ਕਰਾਉਂਦੀ ਰਹੀ ਆ। ਉਹ ਪੁਲਿਸ ਟ੍ਰੇਨਿੰਗ ਕਰਦਾ ਸੀ ਕੈਨੇਡਾ 'ਚ, ਸਿਕਿਉਰਿਟੀ ਗਾਰਡ ਦੀ ਜੋਬ 'ਤੇ ਪੁਲਿਸ ਟ੍ਰੇਨਿੰਗ ਕਰਦਾ ਸੀ। ਉਹ ਤੋਂ ਮੈਨੂੰ ਧਮਕੀਆਂ ਵੀ ਮਿਲੀਆਂ ਨੇ ਨੋ ਕਲਰ ਆਈ ਡੀ 'ਤੇ। ਫਿਰ ਬਾਅਦ 'ਚ ਮੈਨੂੰ ਕਹਿੰਦੇ ਆ ਵੀ ਮੈਨੂੰ 32 ਲੱਖ ਰੁਪਇਆ ਮੇਰੇ ਪੇਰੈਂਟਸ ਨੂੰ ਹੋਰ ਦੇ ਦਿਓ ਜੇ ਤੂੰ ਵੀ ਆਪਦਾ ਵਰਕ ਪਰਮਿਟ ਐਕਸਟੈਂਡ ਕਰਵਾਉਣਾ, ਵੀ ਜਿਹਦੇ ਕਰਕੇ ਉਹ ਮੇਰਾ ਵਰਕ ਪਰਮਿਟ ਸਾਰਾ 30 ਨਵੰਬਰ 2018 ਤੱਕ ਸੀ। ਉਸ ਤੋਂ ਬਾਅਦ ਮੇਰੇ ਤਾਇਆ ਜੀ ਨੇ ਉਹਦੇ ਪੇਰੈਂਟਸ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਗੱਲ ਕਰੀਏ ਮਿਲ ਕੇ ਵੀ ਆਏ, ਉਹਨਾਂ ਦੇ ਥਰੂ ਵਿਚੋਲੇ ਦੇ ਥਰੂ ਵੀ ਉਹ 7 ਤੋਂ 32 ਲੱਖ ਰੁਪਏ ਦੀ ਹੋਰ ਮੰਗ ਕਰਦੀ ਸੀ ਵੀ ਮੇਰੇ ਪੇਰੈਂਟਸ ਨੂੰ 32 ਲੱਖ ਰੁਪਇਆ ਦੇ ਦਿਓ ਜੇ ਤੁਹਾਨੂੰ ਵਰਕ ਪਰਮਿਟ ਐਕਸਟੈਂਡ ਕਰਵਾਉਣਾ। ਬਾਈ ਜੀ, ਮੈਂ ਉਦੋਂ 2018 ਨਵੰਬਰ 2018 'ਚ ਵੀ ਉੱਥੇ ਮੈਂ ਰਿਪੋਰਟ ਦੇ ਕੇ ਆਇਆ ਸੀ CIC ਇਮੀਗ੍ਰੇਸ਼ਨ ਨੂੰ, ਆਹ ਮੇਰੀ ਰਿਪੋਰਟ ਆ ਸਾਰਾ ਡਿਟੇਲ 'ਚ। CIC ਇਮੀਗ੍ਰੇਸ਼ਨ ਨੂੰ ਮੇਲ ਵੀ ਕਰੀ ਸੀ, ਉੱਥੇ ਬਰੈਂਪਟਨ ਵੈਸਟ ਦੀ MP ਆ ਕਮਲ ਖਹਿਰਾ ਜੀ, ਉਹਨਾਂ ਨੂੰ ਵੀ ਮੈਂ ਮੇਲ ਕਰੀ ਸੀ, ਉਹਨਾਂ ਨੂੰ ਮਿਲ ਕੇ ਵੀ ਆਇਆ ਸੀ। ਉਹਨਾਂ ਨੇ ਕਿਹਾ ਸੀ ਅਸੀਂ ਐਕਸ਼ਨ ਲਵਾਂਗੇ ਕੋਈ, ਪਰ ਹਾਲੇ ਤੱਕ ਕੋਈ ਐਕਸ਼ਨ ਨਹੀਂ ਲਿਆ ਗਿਆ। ਮੈਂ ਇਮੀਗ੍ਰੇਸ਼ਨ ਨੂੰ ਬੇਨਤੀ ਕਰਦਾ ਵੀ ਸਾਨੂੰ ਇਹਦਾ ਸਪਸ਼ਟ ਐਕਸ਼ਨ ਲਿਆ ਜਾਵੇ ਅਤੇ ਜਲਦ ਤੋਂ ਜਲਦ ਜਿੰਨਾ ਹੋ ਸਕਦਾ। ਮੇਰਾ ਨਾਮ ਅਵਤਾਰ ਸਿੰਘ ਹੈ। ਉਹਨਾਂ ਨੇ ਪਹਿਲਾਂ ਸਾਡੇ 'ਤੇ NRI ਵਿੰਗ ਬਠਿੰਡਾ ਵਿਖੇ ਦਰਖਾਸਤ ਦਿੱਤੀ, ਅਸੀਂ ਉੱਥੇ ਆਪਦੇ ਇਹਦੇ ਫਾਦਰ ਸਾਹਿਬ ਵੀ ਆਏ ਸੀ, ਅਸੀਂ ਸਾਰੇ ਉੱਥੇ ਬਿਆਨ ਦੇ ਕੇ ਆਏ ਹਾਂ। ਉਹਨਾਂ ਨੇ ਸਾਨੂੰ ਉਹ 'ਚ ਕੋਈ ਜਿਹੜਾ ਉਹਨਾਂ ਨੇ ਦਰਖਾਸਤ ਦਿੱਤੀ ਉਹਦੇ ਮੁਤਾਬਕ ਕੋਈ ਗਿਲਟੀ ਨਹੀਂ ਪਾਇਆ ਗਿਆ ਸਾਨੂੰ ਉੱਥੇ। ਸਾਨੂੰ ਉਹਨੇ ਕਿਹਾ ਵੀ ਤੁਹਾਡਾ ਕੋਈ ਕਸੂਰ ਨਹੀਂ ਹੈ, ਤੁਸੀਂ ਜਾਓ। ਅਸੀਂ ਜਿੰਨੇ ਵੀ ਪੈਸੇ ਭੇਜੇ ਨੇ ਸਾਰੇ ਉਹ ਬੈਂਕ ਅਕਾਊਂਟ ਰਾਹੀਂ ਭੇਜੇ ਨੇ।
जिन्हें भी वो 22-2.5 लख रुपया, 1-3 लख रुपया जो वो जाते समय 1.5 लख रुपया 20-30 हज़ार 3 हज़ार डॉलर उन्होंने नकद दे के तोरिया 3 हज़ार डॉलर तो 1 लख रुपया जोड़ा समान उन्होंने खरीद फरोख्त करने वास्ते वो किया जाने सारा कुछ करके असी 25 लख रुपए के करीब खर्च कर चुके हैं। उन्होंने यही कहा कहते भी सानू तंग परेशान करते हैं यदि सिस्टर अमनदीप की ते मम्मी डैडी मम्मी वो कर रहे हैं तंग इन सातों होर पैसों की मंग करते हैं जो है असी कुछ नहीं ना तो इन्होंने ब्याह समय कोई पैसे की मंग की है। ये संबंध च अपन जे चरणजीत सिंह जो विचोला है उन्होंने रिलेटिव भी है तो साडा जो रोल किया विचोलगी का सारा चरणजीत सिंह ने किया वो भी सारे इन जिन्हें भी कित केस चले ने उन्होंने जाके सारे केसा सा पूरी सहमति दिखाई है भी हाँ इन्होंने कोई पैसे की मंग नहीं की ना उन्होंने भी कोई हाँ जी वो बस कहते उधरों सू फोन से तंग परेशान कर रहे हैं हालांकि उन्होंने कई काफ़ी कि दूर बैठे ने उन्होंने ये अपने कनेडा बैठी है वो अमेरिका बैठे ने तो ना उन्होंने कदम मेल होया जदों जानी यह बेटी अपनी नूँह है जी 11/1/2017 गई है ये मम्मी डैडी उदू पहले थोड़े दिन पहले ही आए ने उस दिन ही आए ने मैं लगता उस 1-2 दिन पहले आए ने बस यह जहाँ कुछ होया उन्होंने सानू किसी तरह का कोई रिस्पोंस नहीं दिता कुड़ी ने आपदे वालों वो माँ बाप यही गल कहते रहे हैं कुड़ी सहमत कर लो सानू तो कोई इतराज नहीं है पर जे आप कुल लग के देखिए तो माँ बाप का रोल ही है जिहड़ा उरों बिगाड़न दा बठिंडे नूं मिल के आया जी असीं तो उस दिन उन्हें जाना सी 15 तरीक नूं 15/9 की गल है 15/9/2018 की गल है तो जदों ये उत्ते गई है जाण तो बाद अमनदीप लवे सिर्फ आपका समान चुकन ही गई है मुड़के ये लवे ना रही है वो कितने होर रही है ये जानी 18/11 आया है 18/11/2018 वापस आया है ये कला रहा है उत्थे बक्स कली रही है उत्थे असी तो यही मंग करते हैं भी उन्होंने भी डिपोर्ट किया जाए साढ़े नाल जिहड़े पैसों का धोखाधड़ी की है साडा 25-30 लख रुपए का जिहड़ा खर्च करवा के वो आप उधर कनेडा च मौज कर रही है साडा बेटा इत्थे ना तो वह डिवोर्स दे ना रही है ना वो किसी तरह भी बेटे नूं बुलाउण नूं सहमत है असी तो बार बार यही मंग करते हैं भी जां तां साडे नाल बेटे का डिवोर्स होकर साडे नाल बैठ के गल करके निबेड़े जां फिर ये है भी उन्हूं परमात्मा तो मंग करते हैं भी उह जिही जिहने सानूं साडे बच्चे नूं सज़ा दित्ती है उन्हूं इत्थे वापस बुलाया जाए ता कि जिहड़ा सानूं इंसाफ मिल सके। गल तो इन्हां दे दोहां परिवारां नूं चंगी तरह जाणदा सी ते उह मेरी मासी जी दी बेटी दी बेटी है रतनजोत कौर ते इन्हां दा रिश्ता करवाता ते 5/2/16 इन्हां दा मैरिज हो गई आ उस तो बाद ठीक ठाक रही साल भर इन्हां कोल उस तों बाद इन्होंने वो कहिंदी मैं आईलैट्स करनी आ इन्हां ने आईलैट्स करवाती आईलैट्स करा के जो भी खर्चा सीगा वो सारा इन्होंने करिया करन तों बाद वो चली गई कनेडा चली गई कनेडा जाण तों कुछ टाइम बाद मुंडे नूं भी बुला लिया मुंडा उत्थे 3-4 महीने रहा उत्थे इन्हां दा आपसी डिस्प्यूट होया डिस्प्यूट दा होण तों बाद जो साडे कोल खबर आई ते असीं कभी कोई गल कर लैंदे बहि के ते वीर जी होरी ते आए मेरे घर ते उहनां दे मम्मी डैडी घरे बुलाए घर बुलाए जो गल करी वर्क परमिट बारे भी मुंडे चलो वर्क परमिट दवा दो चलो नहीं निभदी इन्होंने साइड पर कर देंगे तो उन्होंने 32 लख रुपया मंगया मेरे घर मेरे सामने इन्हों तो वो कहने 32 लख रुपया दे देना अभी वर्क परमिट इन गाह दवा देंगे दसा जी भी कोई सोतों पैसा नहीं मंगया ब्याह कोई खर्चा नहीं कराया आपदे वालों जो उन्होंने खर्चा कराया वो कराया कोई मंग नहीं रखी किसी किस्म की जो भी सोना सप्पा पाया वो इन्होंने आपदे वालों पाया होया जो भी पाया आपदे वालों पाया गा जिथे जिथे उन्होंने रिपोर्ट करी उत्थे उत्थे भी जाते रहे तो एक बार रिपोर्ट करके गाह हो के साडे बराबर सामने नहीं आए मैं सारी जिथे भी कितने इन्हों विंग बुलाया किसी भी स्टेशन बुलाया नहीं उस तो बाद उन्होंने मैं संपर्क कटता नहीं मेरे नाल जो भी मेरे रिश्तेदार उन्होंने भी संबंधित ने मेरे संबंधित वो सारे उन्होंने कट ऑफ करते हाँ जी दस जी उन्हें परिवार को सब कुछ दसता वो ये गल मन नहीं जे उन्होंने जो बंदे लेके आए इतने उन्होंने सामने से उन्होंने फोटो भी दिखाई भी आह सबूत ने साडे कोल गल लीते ही नहीं आ रहे हो असं उन्होंने ये भी कहा भी चलो नहीं निभदे डिवोर्स दे दो
डिवोर्स भी नहीं दे रहे, उन्हें पहले पैसे की गल करो।